ਹੈਲੋ ਐਵਰੀਵਨ, ਤਾਂ ਪੰਜਾਬ ਦੇ ਵਿੱਚ ਇੱਕ ਨਵੀਂ ਵੈਕੈਂਸੀ ਜਿਹੜੀ ਹੈਗੀ ਆਊਟ ਹੋ ਚੁੱਕੀ ਹੈ, ਜਿਹੜੀ ਕਿ ਹੈ ਪੰਜਾਬ ਵਾਕਫ ਬੋਰਡ। ਯਾਦ ਰੱਖਿਓ, ਪੰਜਾਬ ਵਾਕਫ ਬੋਰਡ ਦੀਆਂ 54 ਜੋ ਲਗਭਗ 50+ ਜਾਂ 54 ਦੇ ਕਰੀਬ ਜਿਹੜੀਆਂ ਹੈਗੀਆਂ ਵੈਕੈਂਸੀਜ਼ ਆਊਟ ਹੋਈਆਂ, ਜਿਹਦੇ ਬਾਰੇ ਅੱਜ ਆਪਾਂ ਡਿਟੇਲ ਦੇ ਵਿੱਚ ਸਮਝਾਂਗੇ। ਸਿਲੇਬਸ ਕੀ ਰਹੇਗਾ, ਕਿਵੇਂ ਪੈਟਰਨ ਰਹੇਗਾ, ਕਿਵੇਂ ਆਪਾਂ ਜੋਬ ਲੱਗ ਸਕਦੇ ਹਾਂ, ਕਿਹੜੇ ਕਿਹੜੇ ਪੋਸਟਾਂ ਭਰ ਸਕਦੇ ਹਾਂ। ਪੋਸਟਾਂ ਹਰੇਕ ਦੇ ਵਿੱਚ ਥੋੜ੍ਹੀ ਥੋੜ੍ਹੀਆਂ, ਪਰ ਯਾਰ ਪੋਸਟਾਂ ਤਾਂ ਹੈ ਨਾ, ਠੀਕ ਹੈ। ਯਾਦ ਰੱਖਿਓ, ਇਹਦੇ ਵਿੱਚ PSTET ਤੁਹਾਡਾ ਕੁਆਲੀਫਾਈ ਮੰਗਿਆ ਗਿਆ। ਤਾਂ ਆਪਾਂ ਦੇਖਦੇ ਹਾਂ ਕਿਹੜੀ ਕਿਹੜੀ ਪੋਸਟ ਹੈ। ਸਭ ਤੋਂ ਪਹਿਲਾਂ ਆਪਾਂ ਦੇਖ ਰਹੇ ਹਾਂ, ਸਭ ਤੋਂ ਪਹਿਲਾਂ ਆਪਾਂ ਕਾਹਦੀ ਗੱਲ ਕਰ ਰਹੇ ਹਾਂ, ਆਪਾਂ ਕਰ ਰਹੇ ਹਾਂ ਐਂਟੀਟੀ। ਬਾਈ, ਜਿਹੜੇ ਬੱਚੇ ਐਂਟੀਟੀ ਦੀ ਬਹੁਤ ਦੇਰ ਦੀ ਵੇਟ ਕਰ ਰਹੇ ਸੀ ਕਿ ਬਾਈ ਐਂਟੀਟੀ ਦੀਆਂ 83-93 ਪੋਸਟਾਂ ਆਉਣਗੀਆਂ, ਭਾਈ ਸਾਹਿਬ 83-93 ਪੋਸਟਾਂ ਤਾਂ ਨਹੀਂ ਆਈਆਂ, ਪਰ 7 ਪੋਸਟਾਂ ਵਾਕਫ ਬੋਰਡ ਵਾਲਿਆਂ ਨੇ ਕੱਢੀਆਂ, ਮੁਸਲਿਮ ਬੋਰਡ ਵਾਲਿਆਂ ਨੇ ਕੱਢੀਆਂ। ਜਿਹੜੀ ਕਿ ਪੋਸਟਾਂ ਕਿੱਥੇ ਹੈ, ਇਸਲਾਮੀਆ ਸਕੂਲ ਜਿਹੜਾ ਹੈਗਾ ਮਲੇਰਕੋਟਲੇ, ਹਾਈ ਸਕੂਲ ਦੇ ਵਿੱਚ ਵੀ ਹੈਗੀਆਂ ਮਲੇਰਕੋਟਲੇ, ਅਤੇ ਲੁਧਿਆਣੇ ਦੇ ਵਿੱਚ ਵੀ ਜਿਹੜੀ ਹੈਗੀ ਹੈ ਇਹ ਪੋਸਟਾਂ ਹੈਗੀਆਂ। 7 ਪੋਸਟਾਂ ਕੱਢੀਆਂ, ਜਿਹਦੇ ਵਿੱਚ ਤੁਹਾਨੂੰ ਕੀ ਚਾਹੀਦਾ ਹੈ, ਫਸਟ ਕਲਾਸ ਡਿਪਲੋਮਾ ਇਨ ਅਰਲੀ ਐਜੂਕੇਸ਼ਨ, ਰਿਲੇਟਿਵ ਸਬਜੈਕਟ ਸਰਟੀਫਿਕੇਟ ਹੈਵ ਕੁਆਲੀਫਾਈਂਗ PSTET। ਕਹਿੰਦੇ ਦੇਖੋ ਜੀ, ਹੁੰਦਾ ਇੱਕ ਤਾਂ ਡਿਪਲੋਮਾ ਹੋਵੇ, ਪਲੱਸ ਹੁੰਦਾ PSTET ਕੁਆਲੀਫਾਈ ਹੋਣਾ ਚਾਹੀਦਾ ਹੈ, ਇਹ ਮੰਗਿਆ ਤੁਹਾਡੀਆਂ ਐਂਟੀਟੀ ਦੀਆਂ ਪੋਸਟਾਂ ਦੇ ਲਈ। ਦੂਸਰਾ, ਆਈਆਂ ਪੋਸਟਾਂ ਕਿਹੜੀਆਂ, ਪ੍ਰਾਈਮਰੀ ਦੀਆਂ, ਪ੍ਰਾਈਮਰੀ ਟੀਚਰ ਦੀਆਂ ਕਿੰਨੀਆਂ ਆਈਆਂ, 10 ਪੋਸਟਾਂ ਆਈਆਂ, ਜਿਹਦੇ ਵਿੱਚ ਮਲੇਰਕੋਟਲਾ ਦੇ ਵਿੱਚ ਹੈ ਪੋਸਟ, 6 ਲੁਧਿਆਣਾ ਦੇ ਵਿੱਚ ਹੈਗੀਆਂ, ਬਿੰਜੋਲੀ ਖੁਰਦ ਦੇ ਵਿੱਚ ਇਹ ਪੋਸਟ ਹੈਗੀ, ਅਤੇ ਮਲੇਰਕੋਟਲਾ ਇੱਕ ਹੋਰ ਸਕੂਲ ਹੈਗਾ ਮੁਸਲਿਮ ਸੀਨੀਅਰ ਸੈਕੰਡਰੀ ਸਕੂਲ, ਉੱਥੇ ਜਿਹੜੀਆਂ ਹੈਗੀਆਂ ਇਹ ਵੈਕੈਂਸੀਜ਼ ਹੈਗੀਆਂ, ਜਿਹਦੇ ਲਈ ਤੁਹਾਨੂੰ ਚਾਹੀਦਾ ਡਿਪਲੋਮਾ ਇਨ ਅਰਲੀ ਐਲੀਮੈਂਟਰੀ ਐਜੂਕੇਸ਼ਨ, ਮਤਲਬ ਤੁਹਾਨੂੰ ETD ਚਾਹੀਦੀ ਹੈ, ਪਲੱਸ ਤੁਹਾਡਾ PSTET ਜਿਹੜਾ 1 ਹੈ ਉਹ ਕੀ ਹੋਣਾ ਚਾਹੀਦਾ ਹੈ, ਕੁਆਲੀਫਾਈ ਹੋਣਾ ਚਾਹੀਦਾ ਹੈ, ਤੁਸੀਂ ਇਹ ਪੋਸਟਾਂ ਨੂੰ ਭਰ ਸਕਦੇ ਹੋ। ਹੋਰ ਚੱਲਦੇ ਹਾਂ, ਹੁਣ TGT ਬੇਸ 'ਤੇ ਪੋਸਟਾਂ ਦੀ ਗੱਲ ਕਰਦੇ ਹਾਂ ਕਿ TGT ਮਤਲਬ ਜਿਹੜੇ ਟੀਚਰਸ ਬਣਨ ਲਈ, ਸੈਕੰਡਰੀ ਟੀਚਰਸ ਬਣਨ ਦੇ ਲਈ ਜਿਹੜੀਆਂ ਪੋਸਟਾਂ ਆਈਆਂ ਉਹ ਕਿਹੜੀਆਂ ਹੈਗੀਆਂ, ਤਾਂ TGT ਕਿਹਦੀਆਂ ਪੋਸਟਾਂ ਆਈਆਂ, ਇੰਗਲਿਸ਼ ਦੀਆਂ, ਠੀਕ ਹੈ। ਸਪੈਸੀਫਿਕਲੀ ਇੰਗਲਿਸ਼ ਦੀਆਂ 3 ਪੋਸਟਾਂ ਆਈਆਂ, ਜਿਹਦੀ ਇਸਲਾਮਿਕ ਗਰਲਸ ਸਕੂਲ ਮਲੇਰਕੋਟਲਾ, ਮੁਸਲਿਮ ਸੀਨੀਅਰ ਸੈਕੰਡਰੀ ਸਕੂਲ ਮਲੇਰਕੋਟਲਾ, ਤੋਰਹੀਲਾ, 3 ਸਕੂਲ ਦੇ ਵਿੱਚ ਆਈਆਂ। ਇਹਦੇ ਲਈ ਵੀ ਉਹਨਾਂ ਨੇ ਮੰਗੀ ਹੈ BEd ਮੰਗੀ ਹੈ, ਜਾਂ ਤੁਹਾਨੂੰ ਕਿਹਾ ਹੈ ਕਿ PSTET PSTET ਜਿਨ੍ਹਾਂ ਦਾ 2 ਕੁਆਲੀਫਾਈ ਹੈ, ਤਾਂ ਉਹਨਾਂ ਬੱਚਿਆਂ ਦੇ ਲਈ ਬੜੀ ਖੁਸ਼ਖਬਰੀ ਹੈ, ਕਿਉਂਕਿ ਇਹ ਦੇਖੋ ਮਾਸਟਰ ਕੈਡਰ ਦੀ ਵੇਟ ਤਾਂ ਬੜੀ ਦੇਰ ਦੀ ਹੋ ਰਹੀ ਹੈ, ਤਾਂ ਮਾਸਟਰ ਕੈਡਰ ਦੀ ਵੈਕੈਂਸੀਜ਼ ਤਾਂ ਨਹੀਂ ਨਿਕਲੀਆਂ, ਪਰ ਵਾਕਫ ਬੋਰਡ ਵਾਲਿਆਂ ਨੇ PSTET ਦੇ ਬੇਸ 'ਤੇ ਵਾਕਫ ਬੋਰਡ ਦੀਆਂ ਵੈਕੈਂਸੀਜ਼ ਦੀ ਨੋਟੀਫਿਕੇਸ਼ਨ ਆਊਟ ਕਰ ਦਿੱਤੀ ਹੈ। ਤਾਂ ਜਿਹੜੇ ਬੱਚੇ ਮਾਸਟਰ ਕੈਡਰ ਤਿਆਰੀ ਵੀ ਕਰ ਰਹੇ ਹੈ, ਠੀਕ ਹੈ ਨਾ, ਤਾਂ ਉਹ ਬੱਚੇ ਜਿਹੜੇ ਹੈਗੇ ਹੈ ਉਹ ਆਪਣੀ ਤਿਆਰੀ ਨੂੰ ਕੰਟੀਨਿਊ ਰੱਖ ਸਕਦੇ ਨੇ, ਅਤੇ ਆਪਣਾ ਪੇਪਰ ਦੇ ਨਾਲ ਆਪਣੀ ਤਿਆਰੀ ਨੂੰ ਚੈੱਕ ਵੀ ਕਰ ਸਕਦੇ ਨੇ ਕਿ ਉਹਨਾਂ ਨੂੰ ਕਿੰਨਾ ਕੁ ਆਉਂਦਾ। ਤਾਂ ਇਹਨਾਂ ਦੇਖੋ ਯਾਰ ਕਿ ਪੋਸਟਾਂ ਘੱਟ ਹੈ ਕਿ ਪੋਸਟਾਂ ਵੱਧ ਹੈ, ਤੁਸੀਂ ਪੇਪਰ ਜੋੜ ਦਿਓ, ਕਿਉਂਕਿ ਤੁਹਾਨੂੰ ਇਹਦੇ ਨਾਲ ਤੁਹਾਡੇ ਮਾਸਟਰ ਕੈਡਰ ਦਾ ਵੀ ਇੱਕ ਰਵੱਈਆ ਮਿਲ ਜਾਏਗਾ, ਇੱਕ ਨਜ਼ਰੀਆ ਮਿਲ ਜਾਏਗਾ ਕਿ ਤੁਹਾਨੂੰ ਮਾਸਟਰ ਕੈਡਰ ਦੀ ਕਿੰਨੀ ਕੁ ਪ੍ਰੈਪਰੇਸ਼ਨ ਹੋ ਚੁੱਕੀ ਹੈ। ਸਾਇੰਸ ਵਾਲੇ, ਸਾਇੰਸ ਦੀਆਂ 2 ਵੈਕੈਂਸੀਜ਼ ਹੈ ਮਲੇਰਕੋਟਲਾ ਦੇ ਵਿੱਚ, 2 ਵੈਕੈਂਸੀਜ਼ ਹੈਗੀਆਂ, ਸੇਮ ਤੁਹਾਨੂੰ ਚਾਹੀਦਾ ਹੈ PSTET। ਮੈਥ ਦੀਆਂ ਟੋਟਲ ਕਿੰਨੀਆਂ ਵੈਕੈਂਸੀਜ਼ ਆਈਆਂ, 3 ਵੈਕੈਂਸੀਜ਼ ਉੱਪਰ ਆਪਾਂ ਗੱਲ ਕਰਾਂਗੇ। ਹੁਣ ਜੇ ਆਪਾਂ ਗੱਲ ਕਰੀਏ ਹਿੰਦੀ ਦੀ, ਤਾਂ ਹਿੰਦੀ ਵਾਲੇ ਸਟੂਡੈਂਟਸ ਨੂੰ ਹਮੇਸ਼ਾ ਨਿਰਾਸ਼ਾ ਮਿਲੀ ਹੈ। ਪਿਛਲੀ ਵਾਰੀ PSTET 'ਚ ਵੀ ਬੜੀਆਂ ਘੱਟ ਪੋਸਟਾਂ ਸੀਗੀਆਂ, ਹੈ ਨਾ, ਲੈਂਗੁਏਜ ਦੀਆਂ, ਅਤੇ ਵਾਕਫ ਬੋਰਡ ਦੇ ਵਿੱਚ ਵੀ ਉਹਨਾਂ ਨੇ ਸਿਰਫ ਇੱਕੋ ਹੀ ਪੋਸਟ ਕੱਢੀ ਹੈ ਹਿੰਦੀ ਦੀ, ਜਿਹੜੀ ਕਿ ਤੁਹਾਨੂੰ PSTET ਦੇ ਨਾਲ ਹੀ ਮਿਲੇਗੀ। PSTET ਤੁਹਾਡਾ 2 ਜਿਹੜਾ ਹੈਗਾ ਕੁਆਲੀਫਾਈ ਹੋਏਗਾ। ਪੰਜਾਬੀ ਦੀ ਵੀ ਇੱਕ ਪੋਸਟ ਹੈ, ਉਰਦੂ ਜਿਨ੍ਹਾਂ ਨੇ ਕੀਤੀ ਹੋਈ ਹੈ ਉਹਨਾਂ ਦੀਆਂ ਵੀ 4 ਪੋਸਟਾਂ ਹੈਗੀਆਂ। SST ਵਾਲੇ, SST ਵਾਲੇ ਵੀ ਸਿਰਫ ਇੱਕ ਪੋਸਟ ਹੈ ਲੁਧਿਆਣਾ ਦੇ ਵਿੱਚ, ਤੁਸੀਂ ਲੈ ਸਕਦੇ ਹੋ, ਪੇਪਰ ਦੇਣਾ ਪਏਗਾ, ਸੇਮ ਸਭ ਕੁਝ ਚੱਲੇਗਾ। ਹੁਣ ਆਪਾਂ ਗੱਲ ਕਰਦੇ ਹਾਂ ਨੈਕਸਟ ਪੋਸਟਾਂ ਦੀ, ਜਿਹੜੀ ਨੈਕਸਟ ਪੋਸਟਾਂ ਹੈਗੀਆਂ ਮੁਸਲਿਮ ਬੋਰਡ ਵਾਲੀਆਂ, ਜਿਨ੍ਹਾਂ ਨੇ ਦਿਨਿਆਤ
ਕੀਤਾ ਹੋਇਆ ਜਿਹਦੇ ਵਿੱਚ ਉਹਨਾਂ ਨੂੰ ਸਰਟੀਫਿਕੇਟ ਹੈਗਾ ਇਸਲਾਮਿਕ ਅਤੇ ਫੈਜ਼ਿਲ ਦੇ ਵਿੱਚ ਉਹਨਾਂ ਕੋਲ ਸਰਟੀਫਿਕੇਟ ਹੈਗਾ ਉਹ ਦੋ ਪੋਸਟਾਂ ਉਹਨਾਂ ਦੀਆਂ ਕੰਪਿਊਟਰ ਟੀਚਰ ਦੀ ਇੱਕ ਪੋਸਟ ਹੈਗੀ ਹੈ ਉਹਨਾਂ ਦਾ ਵੀ ਪੀ ਐੱਸ ਐੱਟ ਕੁਆਲੀਫਾਈ ਮੰਗਿਆ ਬੀ ਐੱਡ ਕੀਤੀ ਹੋਵੇ ਕੰਪਿਊਟਰ ਸਬਜੈਕਟ ਹੋਵੇ ਅਤੇ ਨਾਲ ਜਿਹੜਾ ਹੈਗਾ ਨਾਲ ਜਿਹੜਾ ਹੈਗਾ ਫਸਟ ਕਲਾਸ ਮਤਲਬ ਨੰਬਰ ਵੀ ਨਾਲ ਮੈਂਸ਼ਨ ਕੀਤੇ ਹੈ ਕਿ 60% ਨੰਬਰ ਹੋਣੇ ਚਾਹੀਦੇ ਆ ਮਿਨੀਮਮ ਬੀ ਐੱਡ ਵਿੱਚ ਪਲੱਸ ਟੈਟ ਪਾਸ ਹੋਵੇ। ਹੁਣ ਤੀਸਰੀ ਪੋਸਟ ਆ ਗਈ ਪੀ ਜੀ ਟੀ ਮਤਲਬ ਪੋਸਟ ਗ੍ਰੈਜੂਏਸ਼ਨ। ਪੋਸਟ ਗ੍ਰੈਜੂਏਸ਼ਨ ਜਿਹਦੀ ਇੱਕੋ ਹੀ ਪੋਸਟ ਆਈ ਹੈ ਹਿਸਟਰੀ ਦੀ, ਠੀਕ ਹੈ, ਤਾਂ ਰੋਹਿਲਾ ਦੇ ਵਿੱਚ ਇੱਕੋ ਹੀ ਪੋਸਟ ਆਈ ਹੈ ਜਿਹਦੇ ਵਿੱਚ ਤੁਹਾਨੂੰ ਬੀ ਐੱਡ ਵੀ ਚਾਹੀਦਾ ਪਲੱਸ ਪੀ ਐੱਸ ਟੈਟ। ਪੀ ਐੱਸ ਟੈਟ 2 ਨੂੰ ਹੀ ਇਹਦੇ ਵਿੱਚ ਵੈਲਡ ਮੰਨਿਆ ਜਾਏਗਾ ਅਤੇ ਬੀ ਐੱਡ ਦੇ ਵਿੱਚ ਮਿਨੀਮਮ 60% ਮਾਰਕਸ ਹੋਣੇ ਜ਼ਰੂਰੀ ਹੈ ਜਿਨ੍ਹਾਂ ਨੇ ਪੀ ਜੀ ਟੀ ਸਾਈਕੋਲੋਜੀ ਵਿੱਚ ਕੀਤੀ ਹੈ, ਠੀਕ ਹੈ, ਪੋਸਟ ਗ੍ਰੈਜੂਏਸ਼ਨ ਕੀਤੀ ਹੈ ਉਹਦੇ ਲਈ ਵੀ ਉਹਨਾਂ ਨੇ ਪੀ ਐੱਸ ਟੈਟ ਨੂੰ ਕੁਆਲੀਫਾਈ ਮੰਗਿਆ ਅਤੇ ਉਹਨਾਂ ਨੇ 60% ਨੰਬਰ ਹੋਣੇ ਵੀ ਘੱਟੋ ਘੱਟ ਜ਼ਰੂਰੀ ਹੈ। ਹੁਣ ਆਪਾਂ ਗੱਲ ਕਰੀਏ ਫਿਜ਼ੀਕਲ ਐਜੂਕੇਸ਼ਨ ਦੀਆਂ। ਫਿਜ਼ੀਕਲ ਐਜੂਕੇਸ਼ਨ ਵਾਲੇ ਬੱਚੇ ਜਿਨ੍ਹਾਂ ਨੇ ਫਿਜ਼ੀਕਲ ਐਜੂਕੇਸ਼ਨ ਕੀਤੀ ਹੋਈ ਹੈ ਉਹਨਾਂ ਦੀਆਂ 5 ਪੋਸਟਾਂ ਬਾਰੇ ਮੈਂਸ਼ਨ ਕੀਤਾ ਗਿਆ। ਸੇਮ ਇਹਨਾਂ ਨੂੰ ਵੀ ਕੀ ਮੰਗਿਆ ਕੀ ਹੈ, ਹਰ ਜਗ੍ਹਾ 'ਤੇ ਪੀ ਐੱਸ ਟੈਟ ਪਾਸ ਮੰਗਿਆ ਪਲੱਸ ਉਹਨਾਂ ਦੇ 60% ਨੰਬਰ ਹੋਣੇ ਜ਼ਰੂਰੀ ਹੈ। ਜੇ ਆਪਾਂ ਅੱਗੇ ਗੱਲ ਕਰੀਏ ਪੀ ਐੱਨ ਦੀਆਂ ਪੋਸਟਾਂ ਦੀ ਗੱਲ ਕਰੀਏ ਤਾਂ ਪੀ ਐੱਨ ਦੀ ਪੋਸਟਾਂ ਦੇ ਲਈ ਦੇਖੋ ਪੀ ਐੱਨ ਦੀਆਂ ਪੋਸਟਾਂ ਕਿੰਨੀਆਂ ਕੱਢੀਆਂ ਉਹਨਾਂ ਨੇ, 5 ਪੋਸਟਾਂ ਕੱਢੀਆਂ ਲੁਧਿਆਣਾ ਮਲੇਰਕੋਟਲਾ ਅਤੇ ਰੋਹਿਲਾ ਦੇ ਵਿੱਚ, ਠੀਕ ਹੈ। ਇਹਦੇ ਵਿੱਚ ਉਹ ਕੀ ਕਹਿੰਦੇ ਪਏ ਆ, ਸਿਰਫ ਉਹਦੀ ਪਲੱਸ 2 ਕੀਤੀ ਹੋਣੀ ਚਾਹੀਦੀ ਹੈ, ਕਿਸੇ ਵੀ ਬੋਰਡ ਤੋਂ ਪਲੱਸ 2 ਮਿਨੀਮਮ ਕੁਆਲੀਫਿਕੇਸ਼ਨ ਹੈ। ਪੀ ਐੱਨ ਲੱਗ ਸਕਦੇ ਹੋ, ਸਵੀਪਰ ਲੱਗਣਾ, ਉਹਦੇ 4 ਪੋਸਟ ਹੈ, ਠੀਕ ਹੈ, 2 ਲੁਧਿਆਣਾ ਦੇ ਵਿੱਚ ਅਤੇ 2 ਮਲੇਰਕੋਟਲਾ ਦੇ ਵਿੱਚ। ਗੇਟ ਕੀਪਰ ਹੈ, ਉਹਦੀਆਂ ਜਿਹੜੀਆਂ ਹੈਗੀਆਂ 2 ਪੋਸਟਾਂ ਹੈਗੀਆਂ। 10ਵੀਂ ਪਾਸ ਗੇਟ ਕੀਪਰ ਦੇ ਲਈ ਸਿਰਫ ਕੀ ਚਾਹੀਦੀ ਹੈ, ਤੁਹਾਨੂੰ 10th ਪਾਸ ਚਾਹੀਦੀ ਹੈ। ਅਤੇ ਜਿਹੜੀ ਆਇਆ ਦੀ ਪੋਸਟ ਹੈ, ਇੱਕ ਪੋਸਟ ਹੈਗੀ ਹੈ 10ਵੀਂ ਪਾਸ, ਇਹਦੇ ਲਈ ਵੀ ਚਾਹੀਦੀ ਹੈ। ਹੁਣ ਦੇਖੋ ਜੀ ਜਿਹੜੇ ਬੱਚੇ ਕਹਿ ਰਹੇ ਸੀ ਕੁਆਲੀਫਿਕੇਸ਼ਨ, ਇਹਦੇ ਲਈ ਤੁਹਾਨੂੰ ਕੁਆਲੀਫਿਕੇਸ਼ਨ ਕੀ ਚਾਹੀਦੀ ਹੈ, ਕਿਹੜੇ ਬੱਚੇ ਫੋਰਮ ਫਿਲ ਕਰ ਸਕਦੇ ਨੇ, ਤਾਂ ਉਹਨਾਂ ਦੀ ਏਜ ਕਿੰਨੀ ਚਾਹੀਦੀ ਹੈ, 18 ਤੋਂ ਲੈ ਕੇ 37 ਸਾਲ, ਅਤੇ 37 ਸਾਲ 1 ਸਪਟੰਬਰ 2024 ਤੋਂ ਪਹਿਲਾਂ 37 ਸਾਲ ਤੋਂ ਘੱਟ ਹੋਣੇ ਚਾਹੀਦੇ ਆ, ਠੀਕ ਹੈ। 5-year ਰਿਲੈਕਸੇਸ਼ਨ ਸ਼ੈਲ ਬੀ ਗਿਵਨ ਟੂ ਅਡਹੋਕ ਸਟਾਫ, ਜਿਹੜਾ ਵਰਕਿੰਗ ਸਟਾਫ ਹੈ ਵਾਕਫ ਬੋਰਡ ਦੇ ਵਿੱਚ ਉਹਨਾਂ ਨੂੰ 5 ਸਾਲ ਦੀ ਰਿਲੈਕਸੇਸ਼ਨ ਹੈ। ਮਤਲਬ ਜੇ ਤੁਸੀਂ ਆਲਰੇਡੀ ਵਾਕਫ ਬੋਰਡ ਦੇ ਵਿੱਚ ਕੰਮ ਕਰ ਰਹੇ ਹੋ ਤਾਂ ਤੁਸੀਂ 42 ਸਾਲ ਤੱਕ ਫੋਰਮ ਫਿਲ ਕਰ ਸਕਦੇ ਹੋ, ਠੀਕ ਹੈ। 3-year ਐਕਸਪੀਰੀਅੰਸ ਫੋਰ ਟੀਚਿੰਗ, 3 ਸਾਲ ਦਾ ਐਕਸਪੀਰੀਅੰਸ ਚਾਹੀਦਾ ਟੀਚਿੰਗ ਪੋਸਟ ਦੇ ਲਈ, 1 ਸਾਲ ਦਾ ਚਾਹੀਦਾ ਦਿਨਿਆਦ ਦੇ ਲਈ ਅਤੇ 1 ਸਾਲ ਦਾ ਐਕਸਪੀਰੀਅੰਸ ਚਾਹੀਦਾ ਗਰੁੱਪ ਡੀ ਦੀ ਪੋਸਟ ਦੇ ਲਈ। ਪਾਸ ਪੰਜਾਬੀ 10ਵੀਂ ਦੇ ਵਿੱਚ ਪੰਜਾਬੀ ਪੜ੍ਹੀ ਹੋਣੀ ਜ਼ਰੂਰੀ ਹੈ, ਪੰਜਾਬੀ 10ਵੀਂ 'ਚ ਹੋਣੀ ਜ਼ਰੂਰੀ ਹੈ, ਠੀਕ ਹੈ। ਯੂਨੀਵਰਸਿਟੀ ਪੰਜਾਬੀ ਲੈਂਗੁਏਜ ਪ੍ਰੋਫੀਸ਼ੀਐਂਸੀ ਟੈਸਟ ਕੰਡਕਟ ਬਾਏ ਡਿਪਾਰਟਮੈਂਟ ਆਫ ਲੈਂਗੁਏਜ, ਇਹ ਤੁਹਾਡਾ ਹੋ ਸਕਦਾ, ਠੀਕ ਹੈ। ਨੈਕਸਟ ਹੈਗਾ ਸਿਲੈਕਸ਼ਨ ਕ੍ਰਾਈਟੀਰੀਆ। ਹੁਣ ਸਿਲੈਕਸ਼ਨ ਕ੍ਰਾਈਟੀਰੀਆ ਵਿੱਚ ਦੇਖੋ ਕੀ ਕੁਛ ਹੋਏਗਾ, ਪੇਪਰ ਕਿਵੇਂ ਆਏਗਾ, ਪੇਪਰ ਦੇ ਵਿੱਚ ਕੀ ਕੁਛ ਆਏਗਾ, ਆਪਾਂ ਉਹਨੂੰ ਸਮਝਦੇ ਹਾਂ। ਤਾਂ ਪਹਿਲੀ ਸਟੇਜ ਨੰਬਰ 1 ਹੋਏਗਾ ਜਿਹਦੇ ਵਿੱਚ ਤੁਹਾਡਾ ਰਿਟਨ ਟੈਸਟ ਹੋਣਾ। ਕੀ ਹੋਣਾ? ਤੁਹਾਡਾ ਰਿਟਨ ਟੈਸਟ ਹੋਣਾ ਜਿਹਦੇ ਵਿੱਚ ਤੁਹਾਡੇ 200 ਨੰਬਰ ਦੇ ਕੁਸ਼ਚਨ ਆਉਣੇ ਆ, 200 ਮਾਰਕਸ ਦਾ ਕੰਮ ਆਉਣਾ ਹੈ, ਜਿਹਦੇ ਵਿੱਚ 150 ਮਾਰਕਸ ਜਿਹੜੇ ਹੈਗੇ ਹੈ ਤੁਹਾਡਾ ਸਬਜੈਕਟ ਹੋਏਗਾ, ਜਿਹੜੇ ਸਬਜੈਕਟ ਦੇ ਤੁਸੀਂ ਪੇਪਰ ਦੇਣਾ। 50 ਕੁਸ਼ਚਨ, ਜਿਹੜੇ 50 ਕੁਸ਼ਚਨ ਹੈਗੇ ਹੈ ਉਹ ਕਾਹਦੇ ਕੁਸ਼ਚਨ ਆਉਣਗੇ? ਲੋਜੀਕਲ ਰੀਜ਼ਨਿੰਗ, ਮੈਂਟਲ ਅਬਿਲਿਟੀ, ਇੰਗਲਿਸ਼ ਕੰਪਰੀਹੈਂਸ਼ਨ, ਕਰੰਟ ਅਫੇਅਰ ਐਂਡ ਜਰਨਲ ਨੌਲੇਜ ਇਨਕਲੂਡ ਹਿਸਟਰੀ, ਜਰਨਲ ਸਾਇੰਸਿਸ, ਜੋਗ੍ਰਾਫੀ, ਪੋਲਿਟੀ ਅਤੇ ਇਕਨੋਮੀ। ਇਹ 50 ਕੁਸ਼ਚਨ ਆਉਣਗੇ, ਮਤਲਬ ਟੋਟਲ ਹੋਏਗਾ ਤੁਹਾਡਾ 200 ਨੰਬਰ ਦਾ ਕੰਮ। ਇੱਥੇ ਬਸ ਨਹੀਂ, ਸਭ ਤੋਂ ਵਧੀਆ ਗੱਲ ਕੀ ਹੈ, ਇੱਥੇ ਹੀ ਬਸ ਨਹੀਂ, ਇੱਥੇ ਇਹ ਹੈਗੀ ਹੈ ਸਟੇਜ ਨੰਬਰ 1। ਹੁਣ ਸਟੇਜ ਨੰਬਰ 2 ਦੇ ਵਿੱਚ ਤੁਹਾਡੇ ਜਿਹੜੇ ਮਾਰਕਸ ਆਉਣਗੇ 200 ਚੋਂ ਜਿੰਨੇ ਵੀ ਮਾਰਕਸ ਆਏ ਉਹਦਾ 60% ਲਿਆ ਜਾਏਗਾ, ਉਹਦੇ 60% ਨੰਬਰ ਲੈ ਜਾਣਗੇ। ਅਤੇ ਸੈਕਿੰਡ ਸਟੇਜ ਦੇ ਵਿੱਚ ਤੁਹਾਨੂੰ ਕਲਾਸ ਦਾ ਡੈਮੋ ਦੇਣਾ ਹੋਏਗਾ ਜਿਹੜਾ ਕਿ 50 ਨੰਬਰ ਦਾ ਹੋਏਗਾ।
ਇੰਟਰਵਿਊ ਦੇਣੀ ਹੋਏਗੀ ਜਿਹੜੀ ਕਿ 50 ਨੰਬਰ ਦੀ ਹੋਏਗੀ, ਅਤੇ ਇਹਨਾਂ ਨੂੰ ਇਕੱਠਾ ਕਰਕੇ ਜੋ ਰਿਜ਼ਲਟ ਬਣੇਗਾ ਉਹ ਰਿਜ਼ਲਟ ਦੇ ਬੇਸ 'ਤੇ ਤੁਹਾਨੂੰ ਜਿਹੜਾ ਹੈਗਾ ਜੋਬ ਮਿਲੇਗੀ। ਜਿਹੜੇ ਗਰੁੱਪ ਡੀ ਵਾਲੇ ਆ ਉਹਨਾਂ ਨੂੰ ਡਾਇਰੈਕਟ ਇੰਟਰਵਿਊ ਲਈ ਭੇਜਿਆ ਜਾਏਗਾ, ਉਹਨਾਂ ਦੇ ਲਈ ਆ ਕੁਛ ਕਰਨਾ ਜ਼ਰੂਰੀ ਨਹੀਂ ਹੈਗਾ, ਠੀਕ ਹੈ। ਵੇਟਿੰਗ ਲਿਸਟ ਆਏਗੀ, ਵੇਟਿੰਗ ਲਿਸਟ ਫੋਰ ਕੈਂਡੀਡੇਟ ਸ਼ੈਲ ਬੀ ਪ੍ਰਪੇਅਰਡ ਐਂਡ ਸ਼ੈਲ ਬੀ ਵੈਲਿਡ ਫੋਰ 1 ਸਾਲ। ਜਿਹੜੇ ਵੇਟਿੰਗ ਲਿਸਟ ਹੋਏਗੀ ਉਹ 1 ਸਾਲ ਦੀ ਵੈਲਿਡੀ ਹੋਏਗੀ, ਮਤਲਬ ਜੇ 1 ਸਾਲ ਦੇ ਵਿੱਚ ਪੋਸਟੀਆਂ ਨਾ ਬਣੀਆਂ ਤਾਂ ਤੁਹਾਨੂੰ ਦੁਬਾਰਾ ਰੱਖ ਸਕਦੇ ਆ, ਠੀਕ ਹੈ। ਇਹਦੇ ਵਿੱਚ ਨਾ ਉਹਨਾਂ ਨੇ ਕਿਹਾ ਕਿ 2 ਸਾਲ ਦਾ ਅਸੀਂ ਪ੍ਰੋਬੇਸ਼ਨ ਪੀਰੀਅਡ ਹੈ, ਸੈਲਰੀ ਕੀ ਹੋਏਗੀ ਇਹਦੇ ਬਾਰੇ ਆਪਾਂ ਗੱਲ ਕਰਦੇ ਹਾਂ। 2 ਸਾਲ ਦਾ ਪ੍ਰੋਬੇਸ਼ਨ ਪੀਰੀਅਡ ਉਹਨਾਂ ਨੇ ਗੱਲ ਕੀਤੀ ਹੈ, ਠੀਕ ਹੈ। ਜੇਕਰ ਉਹਨੂੰ ਲੱਗਿਆ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਹੋ ਰਹੀ ਹੈ, ਸੈਟਿਸਫਾਈਡ ਨਹੀਂ ਹੋ ਰਹੇ, ਤਾਂ ਅਸੀਂ 2 ਸਾਲ ਦੇ ਵਿੱਚ ਕੱਢ ਸਕਦੇ ਹਾਂ ਤੁਹਾਨੂੰ, ਠੀਕ ਹੈ। ਟੀਚਰ ਦੀ ਸੈਲਰੀ ਫਿਕਸ ਹੈ 15,500, ਲੈਕਚਰ ਦੀ ਸੈਲਰੀ ਫਿਕਸ ਹੈ 16,500। ਗਰੁੱਪ ਡੀ ਦੀ ਐਟ ਦਾ ਰੇਟ ਜਿਹੜੀ ਹੈਗੀ ਲੇਬਰ ਡਿਪਾਰਟਮੈਂਟ ਦੇ ਅਕੋਰਡਿੰਗ ਜਿਹੜੀ ਵੀ ਫਿਕਸ ਕੀਤੀ ਗਈ ਹੈ ਉਹ ਤੁਹਾਡੀ ਜਿਹੜੀ ਹੈਗੀ ਹੈ ਫਿਕਸ ਹੋਏਗੀ। ਯਾਦ ਰੱਖਿਓ ਕੋਈ ਵੀ ਟੀ ਏ ਡੀ ਏ ਤੁਹਾਨੂੰ ਜਿਹੜਾ ਹੈਗਾ ਨਹੀਂ ਦਿੱਤਾ ਜਾਏਗਾ। ਨੋ ਇੰਕਰੀਮੈਂਟ ਸ਼ੈਲ ਵੀ ਪ੍ਰੋਵਾਈਡ ਡਿਊਰਿੰਗ ਦਾ ਪੀਰੀਅਡ ਆਫ ਪ੍ਰੋਬੇਸ਼ਨ। ਪ੍ਰੋਬੇਸ਼ਨ ਦੇ ਵਿੱਚ ਤੁਹਾਨੂੰ ਕੋਈ ਇੰਕਰੀਮੈਂਟ ਨਹੀਂ ਹੋਏਗਾ। ਟੀਚਰ ਸਾਹਿਬ ਸ਼ੈਲ ਗੈਟ ਦਾ ਇੰਕਰੀਮੈਂਟ ਆਫ 5% ਫੋਰ ਈਚ ਕੰਪਲੀਟਿੰਗ ਈਅਰ ਆਫਟਰ ਕਲੀਅਰਿੰਗ ਦਾ ਪ੍ਰੋਬੇਸ਼ਨ। ਟੀਚਰ ਜਿਹੜੇ ਹੈਗੇ ਮਤਲਬ ਜੇ ਤੁਹਾਡਾ ਪ੍ਰੋਬੇਸ਼ਨ ਪੀਰੀਅਡ ਪੂਰਾ ਹੋ ਗਿਆ ਤਾਂ ਉਸ ਤੋਂ ਬਾਅਦ ਤੁਹਾਨੂੰ ਇੰਕਰੀਮੈਂਟ ਕਿੰਨਾ ਮਿਲਣਾ ਹੈ? 5% ਹਰ ਸਾਲ 5% ਦਾ ਮਿਲਣਾ ਹੈ, ਉਹ ਵੀ ਕਿੰਨਾ ਨੂੰ? ਸਿਰਫ ਟੀਚਿੰਗ ਸਟਾਫ ਨੂੰ, ਠੀਕ ਹੈ। ਤਾਂ 1 ਮੰਥ ਨੋਟਿਸ, ਤੁਹਾਨੂੰ ਜੋਬ ਛੱਡਣ ਤੋਂ ਪਹਿਲਾਂ ਇੱਕ ਮਹੀਨੇ ਪਹਿਲਾਂ ਨੋਟਿਸ ਦੇਣਾ ਪਏਗਾ। ਕੈਂਡੀਡੇਟ ਮਸਟ ਅਪਲਾਈ ਦਾ ਨੋ ਓਬਜੈਕਸ਼ਨ ਸਰਟੀਫਿਕੇਟ ਫਰੋਮ ਦਾ ਬੋਰਡ ਫਰੋਮ ਅਪਲਾਈਂਗ ਦਾ ਐਨੀ ਪੋਸਟ ਔਰ ਫਰਦਰ ਸਟੱਡੀਜ਼। ਕੋਈ ਵੀ ਸਟੱਡੀ ਲੈਣੀ ਹੈ ਤਾਂ ਤੁਹਾਨੂੰ ਸਰਕਾਰ ਤੋਂ ਨੋ ਓਬਜੈਕਸ਼ਨ ਸਰਟੀਫਿਕੇਟ ਲੈਣਾ ਪਏਗਾ, ਠੀਕ ਹੈ। ਇਹ ਸਭ ਕੁਝ ਪਹਿਲਾਂ ਮੈਂਸ਼ਨਡ ਹੈ ਅਤੇ ਆਹ ਤੁਹਾਡੇ ਸਾਹਮਣੇ ਲਿਖੀ ਪਈ ਹੈ ਸਾਈਟ। ਜੇਕਰ ਤੁਸੀਂ ਵੀ ਫੋਰਮ ਫਿਲ ਕਰਨਾ ਚਾਹੁੰਦੇ ਹੋ, ਪੇਪਰ ਦੇਣਾ ਚਾਹੁੰਦੇ ਹੋ, ਤਾਂ ਵਾਕਫ ਬੋਰਡ ਦਾ ਸਾਈਟ ਹੈਗੀ ਹੈ www.wakaf.punjab.gov.in। ਇੱਥੇ ਆਪਣਾ ਫੋਰਮ ਫਿਲ ਕਰ ਦਿਓ, ਆਪਣੇ ਫੋਰਮ ਨੂੰ ਫਿਲ ਕਰ ਦਿਓ ਅਤੇ ਪੇਪਰ ਦੇ ਕੇ ਦੇਖੋ ਕਿ ਤੁਹਾਡੀ ਕਿੰਨੀ ਤਿਆਰੀ ਹੋ ਚੁੱਕੀ ਹੈ, ਕਿੰਨੀ ਨਹੀਂ ਤਿਆਰੀ। ਹੁਣ ਆਉਂਦੀ ਹੈ ਵਾਰੀ ਪੈਸਿਆਂ ਦੀ ਵੀ, ਬਾਈ ਕਿੰਨੇ ਪੈਸੇ ਲੈਣਗੇ? ਯਾਦ ਰੱਖਿਓ ਜਿਹੜੇ ਫੋਰਮਸ ਹੈ, ਐਪਲੀਕੇਸ਼ਨ ਫੋਰਮ ਰਿਕੁਐਸਟ ਡਾਕੂਮੈਂਟਸ ਕੈਂਡ ਮਸਟ ਪੇ ਐਗਜ਼ਾਮੀਨੇਸ਼ਨ ਫੀਸ 700 ਰੁਪਈਆ, ਨੋਨ ਰਿਫੰਡਲ ਥਰੂ ਆਨਲਾਈਨ ਮੋਡ, ਠੀਕ ਹੈ, 500 ਰੁਪਈਆ ਨੋਨ ਰਿਫੰਡੇਬਲ ਫੀਸ ਟੂ ਪੋਸਟ ਆਫ ਪੀਅਨ ਸਵੀਪਰ। ਟੀਚਰਾਂ ਦੇ ਲਈ 700 ਫੀਸ ਹੈ, ਸਵੀਪਰ ਪੀਅਨ ਗੇਟਕੀਪਰ ਦੇ ਲਈ 500 ਰੁਪਈਆ ਫੀਸ ਰੱਖੀ ਗਈ ਹੈ, ਠੀਕ। ਤਾਂ ਐਪਲੀਕੇਸ਼ਨ ਫੋਰਮ ਕੰਪਲੀਟ ਇਨ ਆਲ ਰਿਸਪੈਕਟ ਥਰੂ ਆਨਲਾਈਨ ਮੋਡ ਅਪ ਟੂ, ਲਾਸਟ ਡੇਟ ਕੀ ਹੈ ਬਈ? 30 ਸਪਟੰਬਰ। 30 ਸਪਟੰਬਰ ਇਹਦੀ ਲਾਸਟ ਡੇਟ ਹੈ। ਤਾਂ ਜਿਹੜੇ ਵੀ ਬੱਚੇ ਵਾਕਫ ਬੋਰਡ ਦਾ ਫੋਰਮ ਫਿਲ ਕਰਨਾ ਚਾਹੁੰਦੇ ਨੇ ਉਹ ਫਿਲ ਕਰ ਸਕਦੇ ਨੇ। ਜਿਹੜਾ 150 ਨੰਬਰ ਦਾ ਸਬਜੈਕਟ ਆਉਣਾ ਮੇਰਾ ਵੀਰ, ਉਹ ਸੇਮ ਹੀ ਹੈ ਮਾਸਟਰ ਕੈਡਰ ਵਾਲਾ, ਠੀਕ ਹੈ। ਲਗਭਗ ਤੁਹਾਡਾ ਸੇਮ ਹੋਏਗਾ ਮਾਸਟਰ ਕੈਡਰ ਵਾਲਾ, ਤਾਂ ਜ਼ਰੂਰ ਭਾਵਾਂ ਪੋਸਟਾਂ ਇੱਕ ਇੱਕ ਹੈ ਭਾਵਾਂ ਦੋ ਦੋ ਹੈ, ਤਾਂ ਮੇਰਾ ਵੀਰ ਜਲਦੀ ਤੋਂ ਜਲਦੀ ਇਹ ਪੋਸਟਾਂ ਨੂੰ ਭਰ ਦਿਓ। ਜੇ ਤੁਸੀਂ ਵੀ ਕਿਸੇ ਵੀ ਤਰ੍ਹਾਂ ਦੀ ਗੌਰਮੈਂਟ ਜੋਬ ਦੇ ਵਿੱਚ ਜਾਣਾ ਚਾਹੁੰਦੇ ਹੋ, ਕਿਸੇ ਵੀ ਤਰ੍ਹਾਂ ਦਾ ਅਰੋੜਾ ਕਲਾਸਿਸ ਤੋਂ ਕੋਈ ਵੀ ਬੈਚ ਲੈਣਾ ਚਾਹੁੰਦੇ ਹੋ, ਭਾਵਾਂ ਉਹ ਪੀ ਐੱਸ ਟੈਟ ਦਾ 12 ਸਪਟੰਬਰ ਵਾਲਾ ਬੈਚ ਹੈ, ਭਾਵਾਂ ਉਹ ਪੀ ਐੱਸ ਟੈਟ ਦਾ 12 ਸਪਟੰਬਰ ਵਾਲਾ ਬੈਚ ਹੈ, ਜਾਂ 8 ਅਕਤੂਬਰ ਵਾਲਾ ਅਭਿਆਸ ਬੈਚ ਹੈ, ਜਾਂ ਸੀ ਟੈਟ ਦਾ ਜਿਹੜਾ ਜਲਦੀ 1 ਅੱਧੇ ਦਿਨ ਦੇ ਵਿੱਚ ਲਾਂਚ ਹੋਣ ਵਾਲਾ ਸੀ ਟੈਟ ਦਾ ਬੈਚ ਹੈ, ਇਹਦੇ ਲਈ ਤੁਹਾਨੂੰ ਇੱਕ ਕੂਪਨ ਕੋਡ ਦਿੱਤਾ ਗਿਆ AC 742, ਠੀਕ ਹੈ। ਕਿਸੇ ਵੀ ਤਰ੍ਹਾਂ ਦੇ ਸਟੇਟ ਐਗਜ਼ਾਮ ਦੀ ਤਿਆਰੀ ਕਰਨੀ ਹੈ ਤੁਸੀਂ, ਸਟੇਟ ਐਗਜ਼ਾਮ ਦੀ ਤਿਆਰੀ ਕਰਨੀ ਹੈ, ਠੀਕ ਹੈ, ਪਟਵਾਰੀ, ਪੰਜਾਬ ਪੁਲਿਸ, ਹਰੇਕ ਦੇ ਉੱਪਰ ਇੱਕ ਕੂਪਨ ਦਿੱਤਾ ਗਿਆ AC 742, ਅਤੇ ਅਰੋੜਾ ਕਲਾਸਿਸ ਦੇ ਵਿੱਚ ਮੈਕਸੀਮਮ ਡਿਸਕਾਊਂਟ ਲੈਣ ਦੇ ਲਈ ਇਹ ਕੂਪਨ ਦਾ ਯੂਜ਼ ਕਰੋ ਅਤੇ ਜੁੜੋ ਮੇਰੇ ਟੈਲੀਗ੍ਰਾਮ। ਟੀਚਿੰਗ ਦੇ ਬਾਰੇ ਹਰ ਤਰ੍ਹਾਂ ਦੀ ਇਨਫੋਰਮੇਸ਼ਨ ਲੈਣ ਦੇ ਲਈ ਤਾਂ ਮੇਰਾ ਟੈਲੀਗ੍ਰਾਮ ਚੈਨਲ ਸਾਈਕੋਲੋਜੀ ਵਿਦ ਆਸ਼ਿਮ ਸਰ, ਇਹਦੇ ਨਾਲ ਜੁੜੋ ਅਤੇ ਤੁਹਾਨੂੰ ਅਪ ਟੂ ਡੇਟ ਇਨਫੋਰਮੇਸ਼ਨ ਮਿਲਦੀਆਂ ਰਹਿਣਗੀਆਂ ਜੋ ਵੀ ਨਵੀਆਂ ਵੈਕੈਂਸੀਜ਼ ਨਿਕਲਣਗੀਆਂ। ਤਾਂ ਮਿਲਦੇ ਹਾਂ ਫਿਰ ਕਲਾਸਿਸ ਦੇ ਵਿੱਚ, ਜਲਦੀ ਜਲਦੀ ਤਿਆਰੀ ਸ਼ੁਰੂ ਕਰੋ, ਫੋਰਮ ਨੂੰ ਫਿਲ ਕਰੋ ਅਤੇ ਆਪਣੀ ਤਿਆਰੀ ਨੂੰ ਚੈੱਕ ਕਰੋ। ਧੰਨਵਾਦ।